ਸ੍ਰੀ ਗੁਰੂ ਅਰਜਨ ਦੇਵ ਸੱਚ ਪਾਤਸ਼ਾਹ ਜੀ ਇਸ ਸੰਸਾਰ ਦੀ ਹਾਲਤ ਬਾਰੇ ਫਰਮਾਉਂਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਚੇਤੇ ਰੱਖੋ ਦਾਰੁਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰ ਸਿਪਾਰ, ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰ ਸਿਪਾਰ। ਦਾਰੁਨ ਕਹਿੰਦੇ ਨੇ ਭਿਆਨਕ ਨੂੰ, ਬਹੁਤ ਭਿਆਨਕ ਇਹ ਜਿਹੜਾ ਸੰਸਾਰ ਆ, ਇਹ ਕਹਿੰਦੇ ਕਿ ਬਹੁਤ ਦੁਖੀ ਕਰਨ ਵਾਲੀ ਜਗ੍ਹਾ ਹੈ, ਬਹੁਤ ਦੁੱਖ ਆ ਇੱਥੇ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ। ਅਤੇ ਦੁੱਤਰ ਭਾਵ ਸੰਸਾਰ ਨੂੰ ਇੱਕ ਸਮੁੰਦਰ ਸਾਗਰ ਦੀ ਤਰ੍ਹਾਂ ਸਤਿਗੁਰੂ ਜੀ ਨੇ ਉਦਾਹਰਣ ਦਿੰਦੇ ਹੋਏ ਸਮਝਾਇਆ। ਇਹ ਦੁੱਤਰ ਪਾਠ ਬੜੀ ਵਾਰੀ ਆਉਂਦਾ, ਜਿਹੜਾ ਇਸ ਸੰਸਾਰ ਤੋਂ, ਸੰਸਾਰ ਸਾਗਰ ਤੋਂ ਪਾਰ ਹੋਣ ਦੀ ਕਿਰਿਆ, ਪਾਰ ਹੋਣ ਦਾ ਤਰੀਕਾ ਹੈ, ਉਹ ਇਹ ਹੈ ਕਿ ਦੁੱਤਰ ਭਾਵ ਜਿਹਨੂੰ ਔਖਾ ਤਰਨਾ, ਜਿਸ ਤਰ੍ਹਾਂ ਸਮੁੰਦਰ ਨੂੰ ਤਰਨਾ ਔਖਾ ਹੁੰਦਾ, ਇਸ ਤਰ੍ਹਾਂ ਇਸ ਸੰਸਾਰ ਤੋਂ ਵੀ ਪਾਰ ਲੱਗਣਾ ਬੜਾ ਔਖਾ ਹੈ। ਸੋ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਦਾਰਨ ਦੁੱਖ ਦੁੱਤਰ ਸੰਸਾਰ, ਇਹ ਜਿਹੜੀ ਦੁਨੀਆ ਇੱਥੇ ਰਹਿ ਕੇ ਅਕਾਲ ਪੁਰਖ ਨੂੰ ਮਿਲਣਾ, ਭਾਵ ਸੰਸਾਰ ਸਾਗਰ ਤੋਂ ਪਾਰ ਹੋਣਾ ਬੜਾ ਔਖਾ ਹੈ। ਕਿਉਂ? ਕਿਉਂਕਿ ਦਾਰਨ ਦੁੱਖ, ਇੱਥੇ ਜਿਹੜੇ ਦੁੱਖ ਨੇ ਬੜੇ ਭਿਆਨਕ ਦੁੱਖ ਨੇ, ਅਤੇ ਉਹਨਾਂ ਤੋਂ ਫਿਰ ਬਚਿਆ ਕਿੱਦਾਂ ਜਾਏਗਾ? ਰਾਮ ਨਾਮ ਬਿਨ ਕੈਸੇ ਉੱਤਰ ਸਪਾਰ। ਸੱਚ ਪਾਤਸ਼ਾਹ ਜੀ ਕਹਿੰਦੇ ਜੇ ਉਸ ਕਰਤਾ ਪੁਰਖ ਅਕਾਲ ਪੁਰਖ ਦਾ ਨਾਮ ਨਾ ਜਪੇਗਾ ਤਾਂ ਫਿਰ ਕਿੱਦਾਂ ਤੇਰਾ ਪਾਰ ਉਤਾਰਾ ਹੋਏਗਾ? ਭਾਵ ਹੋਰ ਕੋਈ ਹੀਲਾ ਨਹੀਂ ਜਿਹਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਏ, ਜਿਹਦੇ ਨਾਲ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਲੱਗੇ। ਇਸ ਕਰਕੇ ਤੈਨੂੰ ਉਸ ਕਰਤਾ ਪੁਰਖ ਦਾ ਨਾਮ ਜ਼ਰੂਰ ਜਪਣਾ ਹੀ ਪਏਗਾ।